ਸ਼੍ਰੀ ਅਕਾਲ ਦੋਸਤੋ ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੋ ਜਾਓ ਸਾਵਧਾਨ ਕੈਨੇਡਾ ਤੋਂ ਵਕੀਲ ਦੱਸ ਕੇ ਇਸ ਤਰੀਕੇ ਨਾਲ ਖਾਤੇ 'ਚ ਉਡਾਇਲ ਲੱਖਾਂ ਰੁਪਏ ਜਾਣ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਕੱਲ੍ਹ ਧੋਖਾਧੜੀ ਦੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਬਾਰੇ ਸੋਚਾ ਵੀ ਨਹੀਂ ਜਾ ਸਕਦਾ ਕੈਨੇਡਾ ਤੋਂ ਵਕੀਲ ਦੱਸ ਕੇ ਇਸ ਤਰੀਕੇ ਦੇ ਨਾਲ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਉਡਾ ਦਿੱਤੇ ਗਏ ਨੇ ਮਾਮਲਾ ਟੰਡਾ ਉੜਮੜ ਤੋਂ ਸਾਹਮਣੇ ਆਇਆ ਜਿੱਥੇ ਕੁਝ ਠੱਗਾਂ ਦੇ ਵੱਲੋਂ ਟੰਡਾ ਉੜਮੜ ਦੇ ਅਧੀਨ ਆਉਣ ਵਾਲੇ ਗਿੱਲ ਪਿੰਡ ਤੋਂ ਇੱਕ ਵਿਅਕਤੀ ਦੇ ਨਾਲ 8 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਆ ਇਸ ਵਿਅਕਤੀ ਨੂੰ ਫੋਨ ਕਰਕੇ ਠੱਗਾਂ ਵੱਲੋਂ ਆਖਿਆ ਗਿਆ ਕਿ ਕੈਨੇਡਾ ਦੇ ਵਿੱਚ ਰਹਿੰਦੇ ਪਤੀ ਜਿਹਦਾ ਇੱਕ ਲੜਾਈ ਝਗੜੇ ਦਾ ਕੇਸ ਹੈ ਜਿਸ ਦੇ ਵਿੱਚ ਉਹ ਫਸ ਗਿਆ ਉਸ ਨੂੰ ਛਡਾਉਣ ਵਾਸਤੇ ਵਕੀਲ ਵੱਲੋਂ 8 ਲੱਖ ਦੀ ਮੰਗ ਕੀਤੀ ਜਾ ਰਹੀ ਹੈ 2 ਸਤੰਬਰ ਨੂੰ ਆਏ ਉਸ ਫੋਨ ਵਿੱਚ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਐਡਵੋਕੇਟ ਨੰਦਾ ਦੱਸਿਆ ਤੇ ਜਿਸ ਨੇ 8 ਲੱਖ ਰੁਪਏ ਅਕਾਊਂਟ ਵਿੱਚ ਟਰਾਂਸਫਰ ਕਰਨ ਦੀ ਆਖਿਆ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਬਖਸ਼ੀ ਸਿੰਘ ਪੁੱਤਰ ਭਗਤ ਸਿੰਘ ਵੱਲੋਂ 8 ਲੱਖ ਰੁਪਏ ਦੀ ਰਕਮ ਦਿੱਤੀ ਗਈ ਜੋ ਕਿ ਬਿਹਾਰ, ਇੰਦੌਰ, ਮਨਾਲੀ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਗਈ ਪਰ ਠੱਗਾਂ ਵੱਲੋਂ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਉਸ ਵਿਅਕਤੀ ਨੂੰ ਸ਼ੱਕ ਹੋਇਆ ਜਿਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਹੁਣ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਧੰਨਵਾਦ